ਸੋਰੀ ਤੇਰੇ ਨੂੰ ਮਾਰੇ ਲਾਈਟ ਲਾਈਟ ਵੀ ਬੰਦ ਕੀਤੀ ਹੋਈ ਹੈ ਤੁਹਾਡੀ ਸਾਰਾ ਕੁਝ ਕੱਟਿਆ ਕੈਮਰੇ ਕੁਮਰੇ ਸਾਰਾ ਕੁਝ ਬਹੁਤ ਤਾਰਾਂ ਲਾਤੀ ਹੈ ਆਹੋ ਬਾਅਦ ਵਿੱਚ ਲਾਈਆਂ ਵੀ ਡੀ ਆਰ ਤੇ ਦਹੀ ਪੈਣਾ ਜੀ ਖਿੱਚ ਕੇ ਕਿੱਦਾਂ ਲੈ ਕੇ ਜਾਂਦਾ ਜੀ ਮੇਰੇ ਨੂੰ 8 ਸਾਲ ਹੋ ਗਏ ਕਿੰਨੇ ਬੇਬੀ ਕਿੰਨੇ ਨੇ ਮੇਰੇ ਤਿੰਨ ਕੁੜੀਆਂ ਆ ਅੱਜ ਕੀ ਗੱਲ ਕੀ ਹੋਈ ਹੈ ਸਾਰਾ ਇੱਥੇ ਤੁਸੀਂ ਅੰਦਰ ਬੰਦ ਕੀਤਾ ਹੋਇਆ ਸੀ ਤੁਹਾਨੂੰ ਮੈਨੂੰ ਅੰਦਰ ਮੈਨੂੰ ਅੰਦਰ ਕਹਿੰਦੇ ਬਾਹਰ ਨਿਕਲਦੇ ਕਿਹੜੀ ਸਕੇ ਬਾਹਰ ਕੱਢਿਆ ਕਿਹਨਾਂ ਨੇ ਮੇਰੇ ਸਾਰਾ ਸਾਹਮਣੇ ਉੱਥੇ ਮੈਨੂੰ ਡਾਕਟਰ ਕੋਲ ਜਾਣਾ ਹੁੰਦਾ ਮੈਨੂੰ 7:30 ਦਾ ਮਾਰਿਆ ਹੋਇਆ ਹੈ ਮੇਰੇ ਢਿੱਡ 'ਚ ਦਰਦ ਬਹੁਤ ਪੈਂਦਾ ਮੈਂ 3 ਮਹੀਨਿਆਂ ਦੀ ਪ੍ਰੈਗਨੈਂਟ ਹਾਂ ਤੇ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕੱਢਿਆ ਤੁਸੀਂ ਕੰਪਲੇਂਟ ਵੀ ਕੀਤੀ ਹੋਈ ਸੀਗੀ ਮੈਂ 112 ਦੀ ਕੰਪਲੇਂਟ ਕੀਤੀ ਸੀਗੀ ਤਕਰੀਬਨ ਮੈਨੂੰ ਉਹਨਾਂ ਨੇ ਟਾਈਮ 8:00 ਵਜੇ ਸੀਗੇ ਤੇ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕੱਢਿਆ ਹੁਣ ਇੱਥੇ ਲੌਕ ਕੀਤੇ ਹੋਏ ਸੀਗੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ ਸੀ ਮੇਰੇ ਪਿੰਡ ਦੀ ਭੈਣ ਆ ਮੇਰੀ ਉਹਨਾਂ ਦੇ ਪਰਾਉਣੇ ਨੇ ਤੇ ਉਹਨਾਂ ਨੇ ਕੁੱਟਮਾਰ ਕਿਹਨਾਂ ਨੇ ਕੀਤੀ ਤੁਹਾਨੂੰ ਮੇਰੇ 16 ਸਾਲ ਨੇ ਜਿਹੜਾ ਮੇਰੇ ਡੈਡੀ ਸਵੇਰੇ ਕਹਿੰਦੀ ਮੰਮਾ ਮੈਂ ਜਾ ਕੇ ਸਫਾਈ ਕਰਾਇਆ ਵਾ ਮੈਂ ਕਿਹਾ ਚਲੋ ਠੀਕ ਆ ਕੁੜੀ ਮੇਰੀ ਆ ਗਈ ਆ 7-4 ਦਿਨ ਚ ਇਹਨਾਂ ਦੇ ਕੋਲ ਆਈ ਹੋਈ ਆ ਇਹਨਾਂ ਨੇ ਉਹਨੂੰ ਅੰਦਰ ਬਾੜ ਕੇ ਕੁੱਟਿਆ ਮਾਰਿਆ ਉਹਦੇ ਲੱਤਾਂ 3 ਮਹੀਨੇ ਦੀ ਉਹ ਪ੍ਰੈਗਨੈਂਟ ਆ ਇਹਨਾਂ ਨੇ ਉਹਦੀ ਬੁਰੀ ਹਾਲਤ ਕੀਤੀ ਪਈ ਅੰਦਰ ਕੁੱਟਮਾਰ ਕਿਹਨਾਂ ਨੇ ਕੀਤੀ ਕੌਣ ਸੱਸ ਸਹੁਰੇ ਨੇ ਸੱਸ ਸਹੁਰੇ ਹਾਂਜੀ ਅੱਛਾ ਇੱਥੇ ਵਿਆਹੀ ਆ ਇੱਥੇ ਵਿਆਹੀ ਹੋਈ ਆ ਉਹਨਾਂ ਦਾ ਕੀ ਨਾਮ ਹੈ ਮੈਨੂੰ ਜ਼ਿਆਦਾ ਮੇਰੇ ਦਿਮਾਗ 'ਚ ਨਹੀਂ ਪੈਂਦੀ ਹੈਗੀ ਜਸਪਾਲ ਸਿੰਘ ਤਾਂ ਰਸਪਾਲ ਕੋਲ ਜਿੱਦਾਂ ਅੰਦਰ ਬੰਦ ਕੀਤਾ ਹੋਇਆ ਇਹਨਾਂ ਨੂੰ ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ ਠੀਕ ਆ ਨਾ ਪੁਲਿਸ ਨੂੰ ਕਿਹਾ ਕਿ ਤੇ ਨਾ ਉਹ ਹੋਈ ਅਜੇ ਤੱਕ ਬੋੜੀ ਆ ਹਜੇ ਤੱਕ ਨਹੀਂ ਆਈ ਮੇਰੀ ਕੁੜੀ ਅੰਦਰ ਤੜਫਦੀ ਪਈ ਆ ਜੇ ਉਹਨੂੰ ਕੁਛ ਹੋ ਗਿਆ ਅੰਦਰੋਂ ਵੀ ਜਿੰਦੇ ਲਾਤੇ ਉਹਨਾਂ ਨੇ ਬਾਹਰ ਅਸੀਂ ਬੈਠੇ ਆ ਬਾਹਰੋਂ ਵੀ ਗੇਟ ਨੂੰ ਜਿੰਦੇ ਲਾਤੇ ਆ ਅਸੀਂ ਸਵੇਰ ਦੇ ਇੱਥੇ ਬਾਹਰ ਤੜਫਦੇ ਆ ਕੁੜੀ ਸਾਡੀ ਅੰਦਰ ਜੇ ਕੁਛ ਹੋ ਗਿਆ ਮੰਗ ਅਸੀਂ ਇਹੋ ਕਰਦੇ ਵੀ ਸਾਨੂੰ ਫੈਸਲਾ ਚਾਹੀਦਾ ਅਸੀਂ ਜੋ ਵੀ ਹੋ ਕੁੜੀ ਅੰਦਰ ਤੜਫਦੀ ਪਈ ਆ ਕੁੜੀ ਦਰਦ ਪੈਂਦੀ ਉਹਦੀ ਕੁੜੀ ਦੇ ਆ 3 ਮਹੀਨੇ ਦੀ ਉਹ ਬੱਚਾ ਹੋਣ ਵਾਲਾ ਆ ਅੰਦਰ ਜਿੰਦੇ ਲਾਏ ਜਿੰਦੇ ਲਾਏ ਹੋਏ ਇਹਨਾਂ ਨੇ ਸਾਰੇ ਬੰਦ ਬੁੰਦ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਹੋਇਆ ਆ ਤੁਸੀਂ ਹਸਪੀਟਲ ਵੀ ਨਹੀਂ ਜਾ ਸਕਦੇ ਕੁਛ ਵੀ ਨਹੀਂ ਅਸੀਂ ਜਾ ਸਕਦੇ ਕਿੱਥੋਂ ਜੇ ਅਸੀਂ ਕੱਢਾਂਗੇ ਤੇ ਲਜਾਵਾਂਗੇ ਜਿੰਦੇ ਖੋਲੂਗੇ ਤੇ ਲਜਾਵਾਂਗੇ ਅਸੀਂ ਜਿੰਦੇ ਖੋਲਦੇ ਨਹੀਂ ਕੋਈ ਕੁਛ ਨਹੀਂ ਖੋਲਦੇ ਹੈਗੇ ਚਾਟਰਾ ਜੇ ਅਸੀਂ ਕੱਲ ਨਾ ਆਏ ਆ ਦੂਏ ਇੱਥੇ ਤੋਂ ਬਾਹਰੋਂ ਪਰਸੋਂ ਰਾਤੀ ਆਪਦੇ ਭੈਣ ਦੇ ਘਰ ਕਲੋਨੀ ਚੱਲ ਗਿਆ ਜਿੱਦਾਂ ਤੇ ਸਵੇਰੇ ਫੇਰ ਅਸੀਂ ਅਰਲੀ ਆ ਗਏ ਨਹਾਉਣੇ ਸਫਾਈ ਕਰਾਉਣੇ ਕੁੜੀ ਨੂੰ ਕਿਹਾ ਸੀਗਾ ਪਿੰਡ ਵਾਲੀ ਗੰਦ ਬਹੁਤ ਅੰਦਰ ਤੇ ਅਸੀਂ ਅੰਦਰ ਸੀਗੇ ਸਾਡੇ ਮੋਟਰ ਮੋਟਰ ਪਾਣੀ ਜਾਈ ਤੇ ਇਹ ਕੰਧ ਟੱਪ ਕੇ ਅੰਦਰ ਵੜ ਕੇ ਵੜ ਗਈ ਇਹਨੇ ਵੜ ਕੇ ਇਹਦੇ ਵਾਲ ਫੜ ਲਿਆ ਵਾਲ ਫੜ ਕੇ ਤਾਂ ਵਾਲ ਫੜ ਕੇ ਤਾਂ ਗਾਲ ਨੂੰ ਪਾ ਲਿਆ ਵਾਲ ਇੱਥੋਂ ਦੀ ਵਾਲ ਪਾ ਕੇ ਤਾਂ ਸੈੱਟ ਲਿਆ ਥੱਲੇ ਕਹਿੰਦੀ ਮੈਂ ਤੈਨੂੰ ਮਾਰ ਦੇਣਾ ਇਹਨੂੰ ਮੈਂ ਛਡਾਇਆ ਇਹਦੀ ਬਾਂਹ ਵੀ ਛੱਲੇ ਹੋਏ ਦੇਖੋ ਉਰੇ ਆ ਤੂੰ ਉਰੇ ਆ ਤੂੰ ਅੱਛਾ ਤੁਹਾਡੀ 9 ਐਲੀਗੇਸ਼ਨ ਲਾ ਰਹੇ ਵੀ ਤੁਸੀਂ ਉਹਨਾਂ ਕੁੱਟਮਾਰ ਅੰਦਰ ਕੀਤੀ ਹਾਂ ਨਹੀਂ ਉਹ ਕੁੱਟ ਕਾਸਾ ਦੀ ਕੁੱਟ ਖਾ ਛੱਡ ਤੋਂ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਰਨ ਲੱਗੀ ਸੀ ਉਹ ਪ੍ਰੈਗਨੈਂਟ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਉਹਨਾਂ ਦਾ ਲੱਤਾਂ ਮਾਰੀਆਂ ਡੈੱਡ ਟੁੱਟ ਚੁੱਕੀ ਉਹ ਜਿੱਥਾ ਝੂਠ ਸਾਰਾ ਝੂਠ ਮੈਂ ਤਾਂ ਇਹ ਆਪਦੀ ਘਰ ਵਾਲੀ ਨੂੰ ਛਡਾਇਆ ਕੈਮਰੇ ਲੱਗੇ ਆ ਬੰਦ ਕਿਹਨੇ ਕੀਤੇ ਗਏ ਕੈਮਰੇ ਕੈਮਰੇ ਅਸੀਂ ਕਿਤੇ ਸਾਡੀ ਪ੍ਰਾਪਰਟੀ ਆ ਮੇਰੀ ਗੱਲ ਸੁਣੋ ਤੂੰ ਚੁੱਪ ਕਰ ਜੋ ਤੁਸੀਂ ਨਾ ਬਾਹਲਾ ਇਹਨਾਂ ਦਾ ਜਵਾਬ ਸਵਾਲ ਕਰੋ ਸਾਡੀ ਪ੍ਰਾਪਰਟੀ ਅਸੀਂ ਅੰਦਰ ਅਸੀਂ ਸੀ
ਬੈਠੇ ਛੋਟੇ ਮੁੰਡੇ ਨਾਲ ਵਿਆਹ ਰੱਖਿਆ ਇਹਨੇ ਧੱਕਾ ਦੇ ਕੇ ਸਾਰੀ ਫੈਮਿਲੀ ਨੂੰ ਬਾਹਰ ਕੱਢਤਾ ਸਾਨੂੰ ਯੂਐਸ ਸਾਡੇ ਕੋਲ ਸਾਰਾ ਪੇਪਰ ਵਰਕ ਹੈਗਾ ਸਾਢੇ 3,00,000 ਤੋਂ 3 ਕਰੋੜ ਮੇਰੇ ਤੋਂ ਨਹੀਂ ਲੋਨ ਚੁਕਾ ਟੱਕਾ ਦਾ ਉਹ ਪੈਸੇ ਨਹੀਂ ਖਾਧੇ ਉਹ ਮੈਂ ਉੱਥੇ ਦੂਆ ਇੱਥੇ ਦਾ ਦੇਣਾ ਛੋਟੇ ਮੁੰਡੇ ਤੋਂ 1.5 ਲੱਖ ਚੁਕਾ ਉਹਦਾ ਹੁਣ ਮੈਂ ਫੜ ਤੁਰ ਕੇ ਅਸੀਂ ਵਿਆਹ ਕਰ ਕੀਤਾ ਉੱਥੋਂ ਸਾਨੂੰ ਘਰੋਂ ਕੱਢਿਆ ਬੇਘਰ ਕੀਤਾ ਸਾਡੇ ਕੱਪੜੇ ਸਮਾਨ ਇਹਦੇ ਘਰੇ ਪਿਆ ਉੱਥੇ ਸਾਨੂੰ 112 ਦੀ ਕਾਲ ਆਈ ਸੀ ਇੱਕ ਰਜਨੀਸ਼ ਕੌਰ ਪਤਨੀ ਹਰਵਿੰਦਰ ਸਿੰਘ ਉਮਰਪੁਰ ਕਲਾਂ ਉਹਨੇ ਫੋਨ ਕੀਤਾ ਸੀ 112 'ਤੇ ਵੀ ਮੇਰੇ ਸੱਸ ਸਹੁਰਾ ਮੈਨੂੰ ਕੁੱਟ ਮਾਰ ਰਹੇ ਆ ਅਤੇ ਜਦੋਂ ਅਸੀਂ ਆਏ ਹਾਂ ਆ ਕੇ ਦੇਖਿਆ ਤਾਂ ਸੱਸ ਸਹੁਰਾ ਨੇ ਅੰਦਰੋਂ ਲੋਕ ਲਾਇਆ ਸੀਗਾ ਅਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛਗਿੱਛ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸੱਸ ਸਹੁਰੇ ਨੇ ਕੁੱਟਮਾਰ ਕੀਤੀ ਹੈ ਅਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹੋਸਪਿਟਲ ਜੋ ਸੱਟਾਂ ਲੱਗੀਆਂ ਆ ਅਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਉਹ ਅਸੀਂ ਬਣਦੀ ਕਾਰਵਾਈ ਕਿਉਂ ਅਮਲ 'ਚ ਲਿਆਵਾਂਗੇ ਮਤਲਬ ਕੁੜੀ ਨੂੰ ਅੰਦਰ ਬੰਧਕ ਬਣਾਇਆ ਹੋਇਆ ਸੀਗਾ ਕੁੜੀ ਨੂੰ ਤੁਸੀਂ ਲੋਕ ਲਾਇਆ ਨਹੀਂ ਲੋਕ ਅਸੀਂ ਬਾਹਰੋਂ ਨਹੀਂ ਕੁੰਡਾ ਲਾਇਆ ਸੀਗਾ ਲੋਕ ਗੇਟ ਨੂੰ ਲੱਗਾ ਸੀਗਾ ਗੇਟ ਨੂੰ ਲੱਗਾ ਸੀ ਗੇਟ ਨੂੰ ਲੋਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਆਉਣਾ ਸੀ ਭੇਜਤਾ ਹੋਸਪਿਟਲ ਕੁੜੀ ਦੀ ਹਾਲਤ ਕਿੱਦਾਂ ਸੀਗੀ ਜੀ ਕੁੜੀ ਦੱਸਦੀ ਕਹਿੰਦੀ ਮੇਰੇ ਪੇਟ 'ਚ ਲੱਤ ਮਾਰੀ ਹੈ ਇੱਕ ਕੰਪਲੇਂਟ ਕੀਤੀ ਉਹਨੂੰ ਕਾਫੀ ਟਾਈਮ ਹੋ ਗਿਆ 2-2.5 ਘੰਟੇ ਬਾਅਦ ਪੁਲਿਸ ਪਹੁੰਚ ਰਹੀ ਹੈ ਉਹਦਾ ਕੀ ਕਾਰਨ ਰਿਹਾ ਜੀ ਕਿਉਂਕਿ ਇੱਥੇ ਅਸੀਂ ਬਾਹਰ 1.5 ਘੰਟੇ ਦਾ ਮੀਡੀਆ ਨੂੰ ਹੋ ਗਿਆ ਇੱਥੇ ਪਿੰਡ ਵਾਲੇ ਹੋ ਗਏ ਉਹਦੇ ਪੇਕਾ ਪਰਿਵਾਰ ਹੋ ਗਿਆ ਪੁਲਿਸ 5 ਕਿਲੋਮੀਟਰ ਤੋਂ ਇੰਨਾ ਟਾਈਮ ਇਹ ਤੋਂ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਇੱਥੇ ਪਵਾੜਾ ਰੋਡ 'ਤੇ ਇੱਥੇ ਵੀ ਉਹ ਕਾਫੀ ਲੋਕ ਇਕੱਠ ਹੋਏ ਸੀਗੇ ਅਤੇ ਉਹਨਾਂ ਨੂੰ ਉਹਨਾਂ ਟਰੱਕ ਦੀ ਨੇ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਫੀ ਰੋਡ ਜਾਮ ਕੀਤਾ ਸੀਗਾ ਉਧਰੋਂ ਸੁਲਝਾ ਕੇ ਫਿਰ ਅਸੀਂ ਇੱਧਰ ਬਾਅਦ 'ਚ ਆਏ ਤੁਸੀਂ ਦੇਖਿਆ ਹੋਣਾ ਕੁੜੀ ਦੇ ਹਾਂ ਦੇਖ ਲਏ ਕੁੜੀ ਨੂੰ 19 ਹੋ ਜਾਂਦੀ ਜ਼ਿੰਮੇਵਾਰ ਕੌਣ ਸੀਗਾ ਦੇਖ ਲਈ ਕੁੜੀ ਹੁਣ ਕੁੜੀ ਨੂੰ ਹਸਪਤਾਲ ਭੇਜਤਾ ਜੋ ਬਿਆਨ ਦਊਗੀ ਉਹ ਆਪਾਂ ਕਾਨੂੰਨੀ ਕਾਰਵਾਈ ਕਰਦੇ ਹਾਂ ਠੀਕ